ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਤ ਸ਼ਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਦੁਪਹਿਰ ਦੀਆਂ ਤਾਜ਼ਾ ਤਰੀਆਂ ਵਿੱਚ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਕਿ ਕੈਨੇਡਾ ਚ ਪੰਜਾਬੀ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਹੈ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਮਾਨ ਗਵਰਨਮੈਂਟ ਕਿਵੇਂ ਬਣੇਗੀ ਘਰ ਘਰ ਰਾਸ਼ਨ ਸਕੀਮ ਦਾ ਮਾਸਟਰ ਪਲਾਨ ਆਇਆ ਸਾਹਮਣੇ ਦੀਪੂ ਹੋਲਟਰਾਂ ਦਾ ਕੀ ਬਣੇਗਾ ਪੰਜਾਬ ਚ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ ਫਰੈਸ਼ ਟੈਸਕੀਮ ਜਲਦ ਸ਼ੁਰੂ ਹੋਣਗੀਆਂ ਕਾਰਡੀਆ ਕਤੇ ਨਿਊਰੋਸਰਜਰੀਆਂ ਡਾਕਟਰ ਰਬੀਰ ਸਿੰਘ 100 ਰੁਪਏ ਚ ਵਿਕ ਰਹੇ ਹਨ 6.5 ਕਰੋੜ ਦੇ ਫਲੈਟ ਜਾਨਪੂਰੀ ਡਿਟੇਲ ਸਰਕਾਰੀ ਬਸਾਂ ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ ਇਸ ਦਿਨ ਤੋਂ ਹੋਵੇਗਾ ਚੱਕਾ ਜਾਮ ਪੰਜਾਬ ਸਣ ਇਹਨਾਂ ਸੂਬਿਆਂ ਚ ਬਦਲੇਗਾ ਮੌਸਮ ਦਾ ਮિજાਜ ਮੌਸਮ ਭਾਗ ਨੇ ਕੀਤੀ ਇਹ ਭਵਿੱਖਬਾਣੀ ਵਿਆਹਾਂ ਦੇ ਸੀਜ਼ਨ 'ਚ ਸਸਤਾ ਹੋਇਆ ਸੋਨਾ ਇੰਨੀ ਹੋਈ ਇੱਕ ਟੋਲੇ ਸੋਨੇ ਦੀ ਕੀਮਤ ਆ ਭਗਵੰਤਮਾਨ ਦਰਸ਼ਨ ਕੇ ਜੇਲ੍ਹ 'ਚ ਬੈਠਾ ਲਾਰਸ ਬਸनोई ਖੁੱਲ੍ਹਿਆਂ ਵੀਡੀਓ ਕਾਲਾਂ ਕਿਵੇਂ ਕਰ ਰਿਹਾ ਬਲਕੌਰ ਸਿੰਘ ਆਰਤੀਆਂ ਨੇ ਦਿੱਲੀ ਕੇਂਦਰ ਨੂੰ ਚੇਤਾਵਨੀ ਪੁਰਾਣੀ ਐਪੀਐਮਸੀ ਜੋਇਨ ਲੱਗ ਕਰੋ ਨਹੀਂ ਤਾਂ ਕਰਾਂਗੇ ਸੰਘਰਸ਼ ਕੇਂਦਰ ਕੇਂਦਰੀ ਟੀਮ ਵੱਲੋਂ ਬਾਸਪਤੀ ਦੇ ਬ੍ਰਾਹਮੜਕਾਰਾਂ ਨਾਲ ਮੀਟਿੰਗ ਆ ਤਾ ਦੋਸਤੋ ਇੱਕ ਦੁਨੀਆ ਆਪਣੀਆਂ ਇਸ ਵੜੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਜਿਨ੍ਹਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜੇ ਤੁਸੀਂ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਵੀ ਫਾਲੋ ਜ਼ਰੂਰ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਖਬਰ ਹੈ ਜੀ ਕੈਨੇਡਾ ਚ ਪੰਜਾਬੀ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਹੈ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਪੰਜਾਬੀ ਵਿਦਿਆਰਥੀਆਂ ਦੀ ਕੈਨੇਡਾ ਜਾਣ ਦੀ ਇੱਛਾ ਵਧਦੀ ਜਾ ਰਹੀ ਹੈ ਕੈਨੇਡਾ ਜਾ ਕੇ ਪੜ੍ਹਾਈ ਕਰੋ ਅਤੇ ਫਿਰ ਉੱਥੇ ਪੀਆਰ ਹਾਸਲ ਕਰਨਾ ਪੰਜਾਬੀ ਸਪਨਾ ਬਣ ਗਿਆ ਪੰਜਾਬੀਆਂ ਨੂੰ ਉਹਨਾਂ ਦੀਆਂ ਚੰਗੀਆਂ ਸਮਾਜਿਕ ਕਦਰਾਂ ਕੀਮਤਾਂ ਲਈ ਜਾਣਿਆ ਜਾਂਦਾ ਹੈ ਤੇ ਇਸੇ ਇਸੇ ਕਰਕੇ ਵਿਕਸਤ ਹੈ ਦੇਸ਼ਾਂ ਵਿੱਚ ਪੰਜਾਬੀ ਕਾਮਿਆਂ ਤੇ ਵਿਦਿਆਰਥੀਆਂ ਦੀ ਹਮੇਸ਼ਾ ਮੰਗ ਰਹੀ ਹੈ ਦੂਜੇ ਪਾਸੇ ਪੰਜਾਬੀ ਵੀ ਬਿਹਤਰ ਮੌਕਿਆਂ ਤੇ ਬਿਹਤਰ ਜੀਵਨ ਸ਼ੈਲੀ ਵਿੱਚ ਵਿਦੇਸ਼ ਜਾਣਾ ਪਸੰਦ ਕਰਦੇ ਨੇ ਇੱਕ ਸਰਵੇਖਣ ਰਿਪੋਰਟ ਅਨੁਸਾਰ 2022 ਵਿੱਚ 1.63 ਲੱਖ ਪੰਜਾਬੀ ਵਿਦਿਆਰਥੀ ਕੈਨੇਡਾ ਗਏ ਸਨ ਇਸ ਕਾਰਨ ਹੁਣ ਉਤੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਵੱਧ ਗਈ ਹੈ ਹੁਣ ਉੱਥੋਂ ਦੀਆਂ ਕੰਪਨੀਆਂ ਨੇ ਇਸ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹਾਲਾਤ ਇਹ ਬਣ ਗਏ ਹਨ ਕਿ ਮਜ਼ਦੂਰੀ 5 ਗੁਣਾ ਸਸਤੀ ਹੋ ਗਈ ਜਿਸ ਕੰਮ ਲਈ ਪਹਿਲਾਂ 2.50 ਡਾਲਰ ਮਿਲਦੇ ਸਨ ਹੁਣ ਉਸੇ ਕੰਮ ਲਈ ਅੱਧੇ ਡਾਲਰ ਅੱਧੇ ਡਾਲਰ ਹੀ ਮਿਲ ਰਹੇ ਨੇ ਕੁੱਲ ਮਿਲਾ ਕੇ ਇੱਕ ਕਹਾਵਤ ਹੈ ਦੂਰ ਕੇ ਡੋਲ ਸੁਹਾਵਨੇ ਅਤੇ ਇਹ ਗੱਲ ਇਸ ਗੱਲ ਤੇ ਲਾਗੂ ਹੁੰਦੀ ਹੈ ਕੈਨੇਡਾ ਜਾਣਾ ਆਸਾਨ ਹੈ ਪਰ ਉੱਥੋਂ ਦੇ ਕਾਇਦੇ ਕਾਨੂੰਨ ਦੀ ਪਾਲਣਾ ਕਰਕੇ ਜੀਵਨ ਜਿਉਣਾ ਉਨਾ ਹੀ ਔਖਾ ਹੈ ਉਤੋਂ ਦੇ ਵਿਦਿਆਰਥੀ ਨਾ ਤਾਂ ਹੁਣ ਰਾਸ਼ਨ ਖਰੀਦ ਸਕਦੇ ਹਨ ਤੇ ਨਾ ਹੀ ਆਪਣਾ ਕਿਰਾਇਆ ਦੇ ਸਕਦੇ ਨੇ ਮਾਨ ਗਵਰਨਮੈਂਟ ਕਿਵੇਂ ਬਣੇਗੀ ਘਰ ਘਰ ਰਾਸ਼ਨ ਸਕੀਮ ਦਾ ਮਾਸਟਰ ਪਲਾਨ ਆਇਆ ਸਾਹਮਣੇ ਡੀਪੋ ਫੋਲਡਰਾਂ ਦਾ ਕੀ ਬਣੇਗਾ ਪੰਜਾਬ ਸਰਕਾਰ ਦੀ ਘਰ ਘਰ ਰਾਸ਼ਨ ਸਕੀਮ ਨਵੰਬਰ ਮਹੀਨੇ ਵਿੱਚ ਲਾਂਚ ਹੋਣ ਵਾਲੀ ਹੈ ਜੀ ਐਸਐਮ ਤਹਿਤ ਪੰਜਾਬ ਵਿੱਚ 32.98 ਲੱਖ ਪਰਿਵਾਰਾਂ ਤੱਕ ਘਰ-ਘਰ ਰਾਸ਼ਨ ਪਹੁੰਚਾਇਆ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਢਿੱਲੇ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਸਭ ਤੋਂ ਨਜ਼ਦੀਕੀ ਪ੍ਰੋਜੈਕਟ ਵਿੱਚ ਇੱਕ ਘਰ ਰਾਸ਼ਨ ਵੰਡ ਸਕੀਮ ਹੈ ਜਿਸ ਨੂੰ ਪੰਜਾਬ ਸਰਕਾਰ ਦੋ ਵਾਰੀ ਲੈ ਕੇ ਆਈ ਸੀ ਪਹਿਲੀ ਵਾਰ ਇਸਕੀਮ ਹਾਈ ਕੋਰਟ ਵਿੱਚ ਪਹੁੰਚ ਗਈ ਜਿਸ ਤੋਂ ਬਾਅਦ ਹੁਣ ਮੋਟਰ ਸਰਕਾਰ ਨੇ ਇਹਨਾਂ ਵਿੱਚ ਸੋਧ ਕਰਕੇ ਕੈਬਨਟ ਵਿੱਚ ਪਾਸ ਕੀਤਾ ਘਰ-ਘਰ ਰਾਸ਼ਨ ਵੰਡਣ ਲਈ ਪੰਜਾਬ ਸਰਕਾਰ ਨੇ ਆਪਣੀ ਸੰਸਥਾ ਮਾਰਕਫੈਟ ਨੂੰ ਪੂਰੀ ਜ਼ਿੰਮੇਵਾਰੀ ਦਿੱਤੀ ਹੈ ਇਨੇ ਦਿਨੀ ਮਾਰਕਫੈਟ ਚ ਇਸ ਪ੍ਰੋਜੈਕਟ ਦੇ ਚ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਇਸ ਸਕੀਮ ਨੂੰ ਲਾਗੂ ਕਰ ਲੈ ਮਾਰਕਫੈਟ ਇੱਕ ਮੈਨੇਜਮੈਂਟ ਏਜੰਸੀ ਦੀ ਮਦਦ ਵੀ ਲਾਵੇਗੀ ਜੋ ਮਾਲ ਦੀ ਖਰੀਦ ਤੋਂ ਲੈ ਕੇ ਇਸ ਦੀ ਵੰਡ ਤੱਕ ਦੇ ਕੰਮ ਵਿੱਚ ਸਹਾਇਤਾ ਕਰੇਗੀ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਮਾਰਕਫੈਟ ਨੂੰ 800 ਮਾਰਕਲ ਵਾਜਬ ਕੀਮਤਾਂ ਦੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਹੈ ਪੰਜਾਬ ਭਰ ਵਿੱਚ ਇਹਨਾਂ ਨੂੰ ਖੋਲਾ ਲਈ ਕੰਮ ਕੀਤਾ ਜਾ ਰਿਹਾ ਹਰ ਘਰ ਰਸਣ ਪਹੁੰਚਾਉਣ ਲਈ ਪੰਜਾਬ ਵਿੱਚ ਚਾਰ ਪੰਜਾਬ ਨੂੰ ਚਾਰ ਦੋਨਾਂ ਵਿੱਚ ਵੰਡਿਆ ਗਿਆ ਅਤੇ ਇਸ ਕੰਮ ਵਿੱਚ ਮਾਰਕ ਫਰ ਦਾ ਸਟਾਫ ਵੱਡੀ ਪੱਧਰ ਤੇ ਤਾਇਨਾਤ ਕੀਤਾ ਜਾਵੇਗਾ ਯੋਨਾ ਦੇ ਤਹਿਤ ਲਾਪਾਤਰੀਆਂ ਕੋਲ ਇੱਕ ਨਿਸ਼ਚਿਤ ਮਾਤਰਾ ਵਿੱਚ ਕਣਕ ਜਾਂ ਆਟਾ ਖਰੀਦਣ ਦਾ ਵਿਕਲਪ ਹੋਵੇਗਾ ਘਰ ਘਰ ਰਸਣ ਵੰਡਣ ਦੀ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਨੂੰ ਚਾਰ ਦੋਨਾਂ ਵਿੱਚ ਵੰਡਿਆ ਗਿਆ ਪਹਿਲੇ ਜ਼ੋਨ ਵਿੱਚ ਹੁਸ਼ਿਆਰਪੁਰ ਕਪੂਥਲਾ ਨਵਾਂ ਸ਼ਹਿਰ ਲੁਧਿਆਣਾ ਤੇ ਜਲੰਧਰ ਸ਼ਾਮਲ ਜ਼ੋਨ 2 ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਅਤੇ ਤਰਨਤਾਰਨ ਜ਼ੋਨ 3 ਵਿੱਚ ਫਰੀਦਕੋਟ ਫਰੋਇਪਰ ਮੋਗਾ ਸ਼੍ਰੀ ਮੁਕਤਸਰ ਸਾਹਿਬ ਠੰਡਾ ਤੇ ਫਾਜ਼ਿਲਕਾ ਸ਼ਾਮਲ ਨੇ ਜ਼ੋਨ 4 ਵਿੱਚ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਪਟਿਆਲਾ ਸੰਗਰੂਰ ਮਹਾਲੀ ਰੋਪੜ ਬਰਨਾਲਾ ਅਤੇ ਮਾਨਸਾ ਸ਼ਾਮਲ ਨੇ ਪੰਜਾਬ ਚ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ ਫਰੈਸ਼ ਤੇ ਸਕੀਮ ਜਲਦੀ ਸ਼ੁਰੂ ਹੋਣਗੀਆਂ ਕਾਰਡੀਆਕ ਅਤੇ ਨਿਊਰੋ ਸਰਜਰੀਆਂ ਡਾਕਟਰ ਬਲਬੀਰ ਸਿੰਘ ਵਿਤੀ ਤੌਰ ਤੇ ਕਮਜ਼ੋਰ ਲੋਕ ਜੋ ਕਿ ਪ੍ਰਾਈਵੇਟ ਹਸਪਤਾਲਾਂ ਚ ਕਾਰਡੀਓ ਤੇ ਨਿਊਰੋ ਨਾਲ ਸੰਬੰਧਿਤ ਬਿਮਾਰੀਆਂ ਦਾ ਮਹਿੰਗਾ ਲਾਜ਼ਮ ਨਹੀਂ ਕਰਵਾ ਸਕਦੇ ਨੂੰ ਵੱਡੀ ਰਾਹਤ ਜੰਮਿਆ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਜ਼ਿਲ੍ਹਾ ਹਸਪਤਾਲਾਂ 'ਚ ਕਾਰਡੀਆਕ ਅਤੇ ਨਿਊਰੋਸਰਜਰੀਆਂ ਸ਼ੁਰੂ ਕੀਤੀਆਂ ਜਾਣਗੀਆਂ ਐਸੋਸੀਏਸ਼ਨ ਆਫ ਹੈਲਥ케ਅਰ ਪ੍ਰੋਵਾਈਡਰਸ ਆਫ ਇੰਡੀਆ ਵੱਲੋਂ ਕਰਵਾਈ ਗਈ ਕਾਨਫਰੰਸ ਵਿੱਚੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹਦਾਇਤਾਂ ਅਨੁਸਾਰ ਸਰਕਾਰੀ ਹਸਪਤਾਲਾਂ 'ਚ ਸੁਪਰ ਸਪੈਸ਼ਲਿਸਟੀ ਸੇਵਾਵਾਂ ਮਹੱਈਆ ਕਰਵਾਉਣ ਲਈ ਜਲਦੀ ਹੀ ਕ੍ਰਿਟੀਕਲ ਕેર ਯੂਨਿਟ ਸਥਾਪਿਤ ਕੀਤੇ ਜਾ ਰਹੇ ਜਿੱਥੇ ਕਾਰਡੀਓਲੋਜੀ ਨਿਊਰੋ ਸਰਜਰੀ ਆਰਥੋਪੈਡਿਕਸ ਆਈ ਸੀ ਸੀ ਤੇ ਟਰੋਮਾ ਸੇਵਾਵਾਂ ਮਹੱਈਆ ਕਰਵਾਈਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਕ੍ਰਿਟੀਕਲ ਕੇਅਰ ਯੂਨਿਟਾਂ ਨੂੰ ਮੈਡੀਕਲ ਕਾਲਜ ਨਾਲ ਜੋੜਿਆ ਜਾਵੇਗਾ ਇਸੇ ਤਰ੍ਹਾਂ ਬਿਹਤਰੀਨ ਸਿਹਤ ਸਹੂਲਤਾਂ ਲੋਕਾਂ ਦੀ ਪਹੁੰਚ ਹੋਣਗੀਆਂ ਤੇ ਲੋਕਾਂ ਨੂੰ ਆਪਣੇ ਬੱਚੇ ਤੋਂ ਇਲਾਜ ਤੇ ਜ਼ਿਆਦਾ ਖਰਚ ਨਹੀਂ ਕਰਨੇ ਪੈਣਗੇ 100 ਰੁਪਏ ਵਿੱਚ ਵਿਕ ਰਹੇ ਨੇ 6.5 ਕਰੋੜ ਦੇ ਫਲੈਟ ਜਾਨਪੁਰੀ ਡਿਟੇਲ ਹਰ ਕੋਈ ਆਪਣੀ ਮਨਪਸੰਦ ਜਗ੍ਹਾ ਤੇ ਸੁਪਨਿਆਂ ਦਾ ਘਰ ਬਣਾਉਣਾ ਚਾਹੁੰਦਾ ਹੁਣ ਮੁੱਦਾ ਇਹ ਹੈ ਕਿ ਇਹ ਘਰ ਤੁਹਾਡੇ ਬਜਟ ਵਿੱਚ ਰਹਿੰਦਾ ਹੈ ਜਾਂ ਨਹੀਂ ਮਹਿੰਗਾਈ ਅਤੇ ਹੋਰ ਕਾਰਨਾ ਕਰਕੇ ਕਈ ਲੋਕਾਂ ਲਈ ਘਰ ਦਾ ਮਾਲਕ ਹੋਣਾ ਸੁਪਨਾ ਹੀ ਬਣ ਕੇ ਰਹਿ ਜਾਂਦਾ ਪਰ ਤੁਸੀਂ 100 ਰੁਪਏ ਵਿੱਚ ਮਕਾਨ ਦੇ ਮਾਲਕ ਬਣ ਸਕਦੇ ਹੋ ਡੇਲੀ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਹ ਚਮਤਕਾਰ ਬ੍ਰਿਟੇਨ ਵਿੱਚ ਹੋ ਰਿਹਾ ਇੱਥੇ 6.6 ਕਰੋੜ ਰੁਪਏ ਦੇ ਅਲਿਛਣ ਘਰ ਸਿਰਫ 100 ਰੁਪਏ ਵਿੱਚ ਵਿਕ ਰਹੇ ਨੇ ਇਹ ਕਫਾਇਤੀ ਰਿਹਾਇਸ਼ ਲਈ ਕੀਤਾ ਗਿਆ ਸਰਕਾਰ ਨੇ ਇਹ ਕਦਮ ਇੱਥੇ ਲੋਇਸ ਟਾਊਨ ਵਿੱਚ ਚੁੱਕੇ ਇੱਥੇ ਕਲ 11 ਫਲੈਟ ਕਮਿਊਨਿਟੀ ਲੈਂਡ ਟਰਸਟ ਨੂੰ ਵੇਚੇ ਗਏ ਹਨ ਤੇ ਹੁਣ ਟਰਸਟ ਨੇ ਵਨ ਮਿਲੀਅਨ ਡਾਲਰ ਦੀ ਲਾਗਤ ਨਾਲ ਇਸ ਜਾਇਦਾਦ ਦਾ ਨਵੀਨੀਕਰਨ ਕਰਨ ਦਾ ਪਸਤਾਵ ਰੱਖਿਆ ਹੈ। ਲਾਵੇਸ਼ ਦੀ ਡਿਪਟੀ ਕਾਉਂਸਲਰ ਡੇਵਿਡ ਲੀਡਰ ਡੇਵਿਡ ਹੈਜ਼ ਨੇ ਕਿਹਾ ਕਿ ਫਲੈਟਾਂ ਨੂੰ ਮਾਰਕੀਟ ਵਿੱਚ ਨਹੀਂ ਵੇਚਿਆ ਗਿਆ ਕਿਉਂਕਿ ਅਜਿਹਾ ਕਰਨ ਨਾਲ ਸ਼ਹਿਰਾਂ ਦੇ ਸਸਤੇ ਮਕਾਨਾਂ ਦੇ ਪ੍ਰਬੰਧਨ ਦੀ ਉਲੰਘਣਾ ਹੋਵੇਗੀ। ਲੋਈ ਵਿੱਚ ਕਾਰ ਕਿਰਾਏ ਦੇ ਲੇਟੇ ਦਿੱਤੇ ਜਾਂਦੇ ਹਨ ਅਤੇ ਪੁਨਰ ਵਿਕਾਸੀ ਹੋਣਾਂ ਤਹਿਤ ਸਸਤੇ ਭਾਅ 'ਤੇ ਮਕਾਨਾਂ ਦੇ ਨਵੀਨੀਕਰਨ ਤੋਂ ਬਾਅਦ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇਹਨਾਂ ਦੀ ਵਰਤੋਂ ਸਸਤੇ ਮਕਾਨਾਂ ਲਈ ਹੀ ਕੀਤੀ ਜਾਵੇ। ਸਰਕਾਰੀ ਬਸਾਂ ਤੇ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ ਅੱਜ ਦਿਨ ਹੋਵੇਗਾ ਚੱਕਾ ਜਾਮ ਪੰਨ ਵਸਤੇ ਪੀਆਰਟੀਸੀ ਕੰਟਰੈਕਟਰ ਮਨਜਲਾਜ਼ਮ ਯੂਨੀਅਨ ਵੱਲੋਂ ਸਥਾਨਕ ਬਸ ਸਟੈਂਡ ਵਿਖੇ ਸੂਬਾ ਪ੍ਰਧਾਨੀ ਮੀਟਿੰਗ ਕੀਤੀ ਗਈ ਜਿਸ ਵਿੱਚ 20 ਸਤੰਬਰ ਤੋਂ ਬਸਾਂ ਦੀ ਹੜਤਾਲ ਅਤੇ ਚੱਕਾ ਜਾਮ ਕੰਨ ਸੰਬੰਧੀ ਰੂਪਰੇਖਾ ਤਿਆਰ ਕੀਤੀ ਗਈ ਹੈ ਸੂਬਾ ਪ੍ਰਧਾਨ ਰੇਸ਼ਮ ਸਿੰਘ ਗੈਲ ਜਨਨ ਸਕੱਤਰ ਸ਼ਮਸ਼ੇਰ ਸਿੰਘ ਤੇ ਲੋਪਰਧਾਨ ਕਮਲ ਕੁਮਾਰ ਹਰਕੇਸ਼ ਸਿੰਘ ਵਿੱਕੀ ਗੌਰਪ੍ਰੀਤ ਪੰਨੋ ਨੇ ਦੱਸਿਆ ਕਿ ਹੜਤਾਲ ਦੌਰਾਨ 20 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਈ ਦਾ ਘਰਾਓ ਕੀਤਾ ਜਾਵੇਗਾ ਵਾਧਾਨ ਰੇਸ਼ਮ ਸਿੰਘ ਗੱਲ ਜਰਨਲ ਚਮਚੇ ਸੰਗਠਨ ਲੋਨਿ ਦੱਸਿਆ ਕਿ ਪਿਛਲੇ ਦਿਨੀ ਚੱਕਾ ਜਾਮ ਕੀਤਾ ਜਾਣਾ ਸੀ ਪਰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦੇ ਕੇ ਹੜਤਾਲ ਰੁਕਵਾ ਦਿੱਤੀ ਗਈ ਤੇ ਤੈਸ ਸਮੇਂ ਤੇ ਮੀਟਿੰਗ ਨਹੀਂ ਕਰਵਾਈ ਗਈ ਉਹਨਾਂ ਨੇ ਕਿਹਾ ਕਿ ਵਾਰ-ਵਾਰ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਪਰ ਹਰ ਵਾਰ ਉਹਨਾਂ ਨੂੰ ਨਿਰਾਸ਼ਾ ਹੱਥ ਲੱਗਦੀ ਹੈ ਇਸ ਦੇ ਮੱਦੇਨਜ਼ਰ 20 ਤੰਬਰ ਤੋਂ ਅਨਮਿੱਥੇ ਸਮੇਂ ਲਈ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਤੇ ਰੋਡਵੇਜ ਪਨਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਬੰਦ ਰਹਿਣਗੀਆਂ ਪੰਜਾਬ ਸਣੇ ਇਹਨਾਂ ਸੂਬੇ 'ਚ ਬਦਲੇਗਾ ਮੌਸਮ ਦਾ ਮਜਾਜ ਮੌਸਮ ਵਿਭਾਗ ਨੇ ਕੀਤੀ ਹੈ ਪੁਵਿਕ ਬਾਨੀ ਪੰਜਾਬ ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਨੇ ਪੰਜਾਬ 'ਚ ਦੋ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੂਜੇ ਪਾਸੇ ਜੰंडीगढ़ ਮੌਸਮ ਵਿਭਾਗ ਨੇ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਪਾਰੀਮੀਂ ਦਾ ਅਲਰਟ ਜਾਰੀ ਕੀਤਾ ਹੈ ਦਰਜਨ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਵੀ ਪੈ ਰਿਹਾ ਜਿਸ ਦੇ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਦੱਸਦੇ ਕਿ ਪੰਜਾਬ ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ਹੌਮਸ ਭਾਰੀ ਗਰਮੀ ਤੋਂ ਪਰੇਸ਼ਾਨ ਹੋਏ ਪਏ ਸਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਏ ਮੀਡੀਆ ਰਿਪੋਰਟਰਾਂ ਦੀ ਮੰਨੀ ਤਾ ਮੌਸਮ ਵਿਭਾਗ ਨੇ ਮਾਨਸਾ ਸੰਗਰੂਰ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਬਰਨਾਲਾ ਲੁਧਿਆਣਾ ਰੂਪਨਗਰ ਨਾਵਾਸ਼ਹਿਰ ਹੁਸ਼ਿਆਰਪੁਰ ਜਲੰਧਰ ਕਪੂਥਲਾ ਪਠਾਨਕੋਟ ਗੁਰਦਾਸਪੁਰ ਅਮਰਸਰ ਅਤੇ ਤਰਨਤਾਰਨ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਤੇ ਜ਼ਿਲ੍ਹੇ ਦੇ ਲੋਕ ਪਿਛਲੇ ਡੇਢ ਮਹੀਨੇ ਤੋਂ ਗਰਮੀ ਨਾਲ ਝੋਂਜ ਰਹੇ ਸਨ ਵਿਆਹਾਂ ਦੇ ਸੀਜ਼ਨ 'ਚ ਸਸਤਾ ਹੋਇਆ ਸੋਨਾ ਇੰਨੇ ਹੋਈ ਇੱਕ ਤੋਲੇ ਸੋਨੇ ਦੀ ਕੀਮਤ ਆ ਵਿਆਹਾਂ ਦਾ ਸੀਜ਼ਨ ਬਹੁਤ ਜ਼ਿਆਦਾ ਸ਼ੁਰੂ ਹੋਣ ਵਾਲਾ ਹੈ ਜਿਸ ਅਹਿ ਵਿੱਚ ਹਰ ਕੋਈ ਸੋਨੇ ਦੇ ਗਹਿਣੇ ਖਰੀਦਦਾ ਹੈ ਤਾਂ ਭਾਰਤੀ ਔਰਤਾਂ ਸੋਨੇ ਤੇ ਚਾਂਦੀ ਨੂੰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਪਿਆਰ ਕਰਦੀਆਂ ਹਨ ਵਿਆਹ ਵਿੱਚ ਪਰਿਵਾਰਕ ਮੈਂਬਰ ਆਪਣੀ ਧੀ ਨੂੰ ਨਵੀਨਤਮ ਡਿਜ਼ਾਈਨ ਕੀਤੇ ਗਹਿਣੇ ਭੇਟ ਕਰਦੇ ਹਨ ਜਿਸ ਅਹਿਜੇ ਜੇਕਰ ਤੁਸੀਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਸੋਮਵਾਰ ਯਾਨੀ ਕਿ ਅੱਜ ਸੋਨੇ ਦੀ ਕੀਮਤ ਦਾ ਚੈੱਕ ਵਾਰ ਫਿਰ ਬਦਲਾ ਦੇਖਣ ਨੂੰ ਮਿਲਿਆ ਭਵਨੇਸ਼ਵਰ ਵਿੱਚ ਅੱਜ ਸੋਨੇ ਦੀ ਕੀਮਤ ਆ ਪਿਛਲੇ 24 ਘੰਟਿਆਂ ਦੇ 220 ਰੁਪਏ ਦਾ ਵਾਧਾ ਦਰਜ ਕੀਤਾ ਹੈਗਾ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 95670 ਰੁਪਏ ਹੈ ਜਦੋਂ ਕਿ 22 ਕੈਰਟ ਸੋਨੇ ਦੀ ਕੀਮਤ ਜਿਹੜੀ 54700 ਰੁਪਏ ਹੋ ਗਈ ਹੈ 18 ਸਤੰਬਰ 2023 ਨੂੰ ਭਾਰਤ ਵਿੱਚ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 95020 ਰੁਪਏ ਹੈ ਜਦੋਂ ਕਿ 22 ਕੈਰਟ ਦੀ ਕੀਮਤ 54060 ਰੁਪਏ ਦੱਸੀ ਜਾ ਰਹੀ ਹੈ ਭਗਵੰਤ ਮਾਨ ਦੱਸਣਗੇ ਜੇਲ੍ਹ ਚ ਬੈਠਾ ਲਾਰੈਂਸ ਬਸਨੋਈ ਖੁੱਲਿਆ ਵੀਡੀਓ ਕਾਲਾ ਕਿਵੇਂ ਕਰ ਰਿਹਾ ਬਲਕੌਰ ਸਿੰਘ ਜੀ ਹਾਂ ਦੋਸਤੋਂ ਮਰਹੂਮ ਪੰਜਾਬੀ ਗਾਇਕਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਸਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਲਿਆ ਹੈ ਇਹੋ ਕਾਰਨ ਹੈ ਕਿ ਲਾਰੈਂਸ ਬਸਨੋਈ ਦੀਆਂ ਜੇਲ੍ਹ ਵਿੱਚੋਂ ਵੀਡੀਓਜ਼ ਅਵailable ਹੋਣ ਤੋਂ ਬਾਅਦ ਹੁਣ ਖੁੱਲਿਆਂ ਫੋਨ ਕਾਲਾ ਹੋਣ ਦੇ ਹੱਥ ਤੱਤ ਸਾਹਮਣੇ ਆਉਣ ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਆਗੂ ਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਪੰਜਾਬ ਦੇ ਪ੍ਰਬੰਧ ਤੇ ਬੋਲ ਰਿਹਾ ਹੈ ਆਰਤੀਆਂ ਨੇ ਦਿੱਤੀ ਗੇਂਦਾ ਨੂੰ ਚੇਤਾਵਨੀ ਪੁਰਾਣੀ ਏਪੀਐਮਸੀ ਯੋਜਨਾ ਲਾਗੂ ਕਰੋ ਨਹੀਂ ਤਾਂ ਕਰਾਂਗੇ ਸੰਘਰਸ਼ ਉੱਤਰੀ ਭਾਰਤ ਦੇ 6 ਸੂਬਿਆਂ ਦੇ ਆਰਤੀਆ ਐਸੋਸੀਏਸ਼ਨ ਨੇ ਪੁਰਾਣੀ ਐਗਰੀਕਲਚਰ ਜ ਪ੍ਰੋਡਿਊਸ ਮਾਰਕੀਟ ਕਮੇਟੀ ਯੋਜਨਾ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ ਐਸੋਸੀਏਸ਼ਨ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਅਨਾਜ ਖਰੀਦ ਪ੍ਰਕਿਰਿਆ ਚੋਂ ਆਰਤੀਆਂ ਨੂੰ ਬਾਹਰ ਕਰਨ ਦੀ ਸਾਜਿਸ਼ ਰਚ ਰਹੀ ਹੈ ਇਸ ਦੇ ਲਈ ਸਟਾਈਲੋ ਬਣਾਉਣ ਲਈ ਜੋ ਛਾਤਾ ਰੱਖਿਆ ਗਈਆਂ ਨੇ ਉਸ ਚਾ ਵੱਡੀਆਂ ਕੰਪਨੀਆਂ ਹੀ ਸ਼ਾਮਲ ਹੋ ਸਕਦੀਆਂ ਨੇ ਕੇਂਦਰ ਸਰਕਾਰ ਨੇ ਇਹਨਾਂ ਸ਼ਰਤਾਂ ਤੇ ਮੜ ਵਿਚਾਰ ਕਰਨਾ ਚਾਹੀਦਾ ਹੈ ਕਿਸਾਨ ਭਵਾਂ ਜੈਦਵਾਰ ਨੂੰ ਪੰਜਾਬ ਹਰਿਆਣਾ ਹਿਮਾਚਲ ਦੇ ਚਤੁਰ ਪ੍ਰਦੇਸ਼ ਦੇ ਚੰਡੀਗੜ੍ਹ ਦੇ ਆਰਤੀਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਬੈਠਕ 'ਚ ਫੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ ਜੇਕਰ 28 ਸਤੰਬਰ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਸੰਘਰਸ਼ ਕਰਨਗੇ ਇਸ ਲਈ ਇੱਕ ਮੰਗ ਪੱਤਰ ਪ੍ਰਧਾਨ ਮੰਤਰੀ ਦਫ਼ਤਰ ਪੀਐਮਓ ਨੂੰ ਭੇਜਿਆ ਗਿਆ ਹੈ ਕੇਂਦਰੀ ਟੀਮ ਵੱਲੋਂ ਬਾਸਪਰੀ ਦੇ ਬ੍ਰਾਹਮਣ ਦਕਾਰਾਂ ਨਾਲ ਮੀਟਿੰਗ 17 ਸਤੰਬਰ ਭਾਰਤ ਸਰਕਾਰ ਦੀ ਉੱਚ ਕਮੇਟੀ ਨੇ ਬਾਸਪਤੀ ਚੌਲਾਂ ਦਾ ਕਟੋਕਟ ਬਰਾਮਦ ਮੁੱਲ ਤਹਿ ਕੀਤੇ ਜਾਂਦੇ ਮਾਲ ਨੂੰ ਠੇਸਵਾਦਾਂ ਨੂੰ ਜਿੱਠਣ ਲਈ ਕੱਲ ਪੰਜਾਬ ਦਾ ਦੌਰਾ ਕੀਤਾ ਉੱਚ ਪੱਧਰੀ ਕਮੇਟੀ ਨੇ ਅੰਮ੍ਰਿਤਸਰ ਅਤੇ ਫਿਰੋਇਪੁਰ ਵਿੱਚ ਬਾਸਪਤੀ ਚੌਲਾਂ ਤੇ ਬਰਾਮਦ ਕਰਨ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਤਾਂ ਦੋਸਤੋ ਇਸ ਸੀਗੀਆਂ ਆਪਣੀਆਂ ਦੁਪਹਿਰ ਦੀਆਂ ਤਾਜ਼ਾ ਤਰੀਨਾ ਵੱਡੀਆਂ ਖਬਰਾਂ ਦੋਸਤੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਜਾਣਕਾਰੀ ਨੂੰ ਵਾਤਵਾਦਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਮਿਲਦੇ ਆ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ